ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ। ਪੰਜਾਬ 'ਚ 5 ਕਮੇਟੀਆਂ ਦਾ ਕੀਤਾ ਗਠਨ। ਮੁੱਖ ਮੰਤਰੀ ਸਮੇਤ ਸੀਨੀਅਰ ਲੀਡਰਾਂ ਨੂੰ ਸੌਂਪੀ ਕਮੇਟੀ ਦੀਆਂ ਜ਼ਿੰਮੇਵਾਰੀਆਂ। ਪੰਜਾਬ ਪੁਲਿਸ ਦੇ ਨਵੇਂ DGP ਦਾ ਜਲਦ ਹੋ ਸਕਦਾ ਹੈ ਐਲਾਨ। UPSC ਨੇ DGP ਲਈ 3 ਅਫਸਰਾਂ ਦੀ ਸਿਫਾਰਸ਼ ਪੰਜਾਬ ਸਰਕਾਰ ਨੂੰ ਭੇਜੀ। ਜਲੰਧਰ 'ਚ ਸੁਖਬੀਰ ਬਾਦਲ ਨੇ ਵਰਕਰਾਂ ਨਾਲ ਕੀਤੀ ਮੀਟਿੰਗ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਕੰਮਾ ਦੱਸ ਕਾਂਗਰਸ 'ਤੇ ਸਾਧਿਆ ਨਿਸ਼ਾਨਾ। ਬਿਜਲੀ ਦੀਆਂ ਦਰਾਂ ਨੂੰ ਲੈ ਕੇ ਭਗਵੰਤ ਮਾਨ ਨੇ ਘੇਰੀ ਕਾਂਗਰਸ ਸਰਕਾਰ। ਕਿਹਾ ਜੇਕਰ ਬਿਜਲੀ ਸਸਤੀ ਨਾ ਕੀਤੀ ਤਾਂ ਸਰਕਾਰ ਖਿਲਾਫ਼ ਖੋਲ੍ਹਿਆ ਜਾਵੇਗਾ ਅੰਦੋਲਨ। ਜਲੰਧਰ ਦੇ ਸ਼ਾਸਤਰੀ ਮਾਰਕੀਟ 'ਚ ਚੱਲੀਆਂ ਗੋਲੀਆਂ। ਦੁਕਾਨ 'ਚ ਬੈਠੇ ਦੋ ਵਿਅਕਤੀਆਂ ਦੇ ਅਣਪਛਾਤੇ ਗੋਲੀਆਂ ਮਾਰ ਹੋਏ ਫਰਾਰ। ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ।